ਆਏ ਵਾ ਕਨਹਰ ਨਵੇਂ ਔਲਾਦ ਵਿੱਚ। ਜੇ ਆਪਾਂ ਖੇਤ ਆਏ ਹਾਂ ਕਿ ਪੱਠੇ ਪੁੱਠੇ ਵੱਢਦੇ ਹਾਂ ਅਤੇ ਇੱਥੇ ਨਾਲੇ ਆਪਾਂ ਜਿਹਦੇ ਚਰੀ ਬੀਜਣੀ ਉਹ ਥਾਂ ਥੂ ਬਣਾਉਂਦੇ ਹਾਂ, ਵੱਟਾਂ ਵੁੱਟਾਂ ਛਾਂਗਦੇ ਆਪਾਂ। ਕੋਈ ਨਹੀਂ ਤੁਹਾਨੂੰ ਦਿਖਾਉਂਦੇ ਨਾਲ ਨਾਲ ਆਪਾਂ ਵੱਟਾਂ ਛਾਂਗਦੇ ਹਾਂ। ਦੇਖੋ ਗਾਇਸ, ਇੰਨੀ ਚਰੀ ਆਪਾਂ ਵੱਢ ਚੁੱਕੇ ਹਾਂ ਤਾਂ ਉਹਨੇ ਦੁਬਾਰਾ ਬੀਜਾਂਗੇ, ਫਿਰ ਮਗਰੇ ਮਗਰ ਚਰੀ ਹੋਈ ਜਾਊਗੀ, ਫਿਰ ਚਰੀ ਨਹੀਂ ਮੁੱਕਦੀ ਆਪਣੇ ਕੋਲ। ਚਰੀ ਹੋਏ ਤਾਂ ਊਂ ਬਹੁਤ ਹੋਈ ਵੀ ਦੇਖੋ ਦੇਖ ਸਕਦੇ ਹਾਂ। ਉਹ ਖੜਾ ਆਪਣਾ ਮੋਟਰਸਾਈਕਲ। ਕੋਈ ਨਹੀਂ ਗਾਇਸ, ਵੱਟਾਂ ਵੱਟਾਂ ਛਾਂਗਦੇ ਹਾਂ, ਤੁਹਾਨੂੰ ਦਿਖਾਉਂਦੇ ਨਾਲ ਨਾਲ। ਓਕੇ ਗਾਇਸ, ਚਰੀ ਚਰੀ ਵੱਢੀ ਜਾਂਦੇ ਹਾਂ ਆਪਾਂ। ਪਾਉਣ ਆਪਣਾ ਵਾਹਾਂ ਵਾਲਾ ਪਿਆ, ਜਦੋਂ ਪੈਲੀ ਪੁਲੀ ਵਾਹਾਂਗੇ ਅਤੇ ਥੱਲੀ ਵਲੋਗ ਲਿਆਵਾਂਗੇ, ਅਤੇ ਉਹ ਸਾਹਮਣੇ ਆਪਣੀ ਰਹੀ ਪਨੀਰੀ। ਕੋਈ ਨਹੀਂ, ਤੁਹਾਨੂੰ ਨੇੜੇ ਆ ਕੇ ਦਿਖਾਉਂਦੇ ਹਾਂ, ਆਪਾਂ ਚੱਲਦੇ ਹਾਂ ਪਨੀਰੀ ਕੋਲ। ਗਾਇਸ, ਆਪਣੇ ਪਨੀਰੀ 26 ਝੋਨੇ ਦੀ ਹੈ, ਛੋਟੀ ਛੋਟੀ ਆ, ਹਜੇ ਹੋਣੀ ਬੀਜੀ, ਹਫ਼ਤਾ 10 ਦਿਨ ਹੀ ਹੋਏ। ਪੂਰੀ ਆਪਣੀ ਮੋਟਰ, ਜਦੋਂ ਪਨੀਰ ਪਨੀਰ ਹੋ ਗਈ ਵਧੀਆ, ਤਾਂ ਉਹ ਤੋਂ ਬਾਅਦ ਝੋਨੇ ਕੱਦੂ ਕੱਦੂ ਕਰਾਂਗੇ, ਉਹਦੇ ਵਲੋਗ ਲਿਆਵਾਂਗੇ ਆਪਾਂ। ਗਾਇਸ, ਇਸ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਪਲੀਜ਼ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਸਾਡੇ ਵਲੋਗ ਦੇਖਣ ਲਈ। ਓਕੇ ਗਾਇਸ, ਅੱਗੇ ਦਿਖਾਉਂਦੇ ਤੁਹਾਨੂੰ ਚਰੀ ਚੁਰੀ ਵੱਢ ਕੇ ਵੱਟਾਂ ਛਾਂਗਦੇ। ਓਕੇ ਗਾਇਸ, ਦੇਖੋ ਜੀ, ਵੱਟ ਵੁੱਟ ਛਾਂਗੀ ਜਾਂਦਾ, ਦੇਖੋ ਸਾਰੇ ਆਲੇ ਦੁਆਲੇ ਹੋ ਹੋ ਕੇ ਫਿਰ ਇੱਧਰ ਆਉਣਾ। ਓਕੇ ਗਾਇਸ, ਵੱਟ ਵੁੱਟ ਛਾਂਗਦੇ। ਲਓ ਜੀ, ਇੱਧਰੋਂ ਕੰਮ ਹੋ ਗਿਆ ਡਨ, ਇੱਧਰਲੇ ਪਾਸੇ ਇੱਧਰ ਆ ਗਏ ਆਪਾਂ, ਇੱਧਰਲਾ ਮੱਥੇ 'ਤੇ ਦੇਖ ਛਾਂਗਦੀ ਜਾਂਦੇ ਵੱਟ। ਕੋਈ ਨਹੀਂ, ਤੁਹਾਨੂੰ ਹੀ ਦਿਖਾਉਂਦੇ ਵੱਟ ਛਾਂਗਦੇ ਛਾਂਗਦੇ ਚੌਂਕ। ਓਕੇ ਫਿਰ ਗਾਇਸ, ਕਰੋ ਚੱਕ, ਇੰਨਾ ਕੰਮ ਕਲੀਅਰ ਹੋ ਗਿਆ, ਹੁਣ ਇੱਧਰ ਚਲੇ ਜਾ, ਇਹ ਵੀ ਕਰਕੇ ਤੁਹਾਨੂੰ ਮਿਲਦੇ ਗਾਇਸ। ਚੱਕੋ ਗਾਇਸ, ਵੱਟਾਂ ਦਾ ਕੰਮ ਹੋ ਗਿਆ ਖਤਮ, ਦੇਖ ਸਕਦੇ ਹੋ ਸਾਰੇ ਆਲੇ ਦੁਆਲੇ ਹੋ ਗਿਆ ਕੰਮ ਕਲੀਅਰ। ਹੁਣ ਘਾਹ ਰੋਲ ਕੇ ਚੱਕ ਲਈ ਅਤੇ ਫਿਰ ਤੁਹਾਨੂੰ ਮਿਲਦੇ। ਚੱਕੋ ਗਾਇਸ, ਘਾਹ ਘੂ ਸਾਰਾ ਚੁੱਕ ਲਿਆ, ਇੱਥੇ ਸੜਦਾ ਦੇਖ ਸਕਦੇ ਤੁਸੀਂ, ਹੁਣ ਠੀਕ ਹੋ ਗਿਆ। ਹੁਣ ਬਸ ਆਪਾਂ ਪਹਿਲੀ ਪਾਉਣ, ਇੱਦਾਂ ਵਾਹ ਵੂ ਕੇ ਆਪਾਂ ਬਸ ਚਰੀ ਬੀਜਣੀ ਆ। ਥੋੜ੍ਹਾ ਸੁੱਕਲਾਂ ਦੇ ਗਿੱਲ ਬਹੁਤ ਆ ਜੀ, ਫਿਰ ਆਪਾਂ ਬੀਜਣੇ ਇੱਥੇ ਚਰੀ, ਫਿਰ ਮਗਰੇ ਮਗਰ ਚਰੀ ਹੋਈ ਹੋਊਗੀ ਅਤੇ ਚਰੀ ਦਾ ਆਪਾਂ ਨੂੰ ਘਾਟਾ ਨਹੀਂ ਪਊਗਾ। ਓਕੇ ਗਾਇਸ, ਓਕੇ ਗਾਇਸ, ਅੱਜ ਦੇ ਵਲੌਗ ਨੂੰ ਉਰੇ ਖਤਮ ਕਰਦੇ ਹਾਂ। ਅੱਜ ਦਾ ਵਲੌਗ ਕਿੱਦਾਂ ਲੱਗਿਆ, ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਦੱਸੋ ਜੀ। ਓਕੇ ਫਿਰ, ਬਾਏ ਬਾਏ।